ਟਾਰੇ ਵਿੱਚ ਕੌਮਾਂਤਰੀ ਟਰੈਵਲਸ ਦਾ ਹੁਣ ਮੁਫਤ ਵਿੱਚ ਨਹੀਂ ਕੀਤਾ ਜਾਵੇਗਾ ਕੋਵਿਡ 19 ਟੈਸਟ ਟੋਰਾਂਟੋ। ਹੁਣ ਓਨਟਾਰੀਓ ਸਰਕਾਰ ਉਹਨਾਂ ਨੂੰ ਮੁਫਤ ਕੋਵਿਡ 19 ਟੈਸਟ ਮੁਹੱਈਆ ਨਹੀਂ ਕਰਵਾਵੇਗੀ ਜਿਹੜੇ ਕੌਮਾਂਤਰੀ ਟਰੈਵਲ ਲਈ ਜਾਣਾ ਚਾਹੁੰਦੇ ਹਨ। ਸੋਮਵਾਰ ਸਵੇਰੇ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਆਖਿਆ ਕਿ ਫੈਸਲਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਟੈਕਸਦਾਤਾਵਾਂ ਦੇ ਡਾਲਰ ਹੋਰਨਾਂ ਤਰੀਜ਼ਾਂ ਉੱਤੇ ਖਰਚ ਜਾਣ ਅਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਫੰਡ ਪ੍ਰਾਪਤ ਕੋਵਿਡ 19 ਟੈਸਟਿੰਗ ਨੈੱਟਵਰਕ ਦੀ ਸਮਰੱਥਾ ਵਧਾਈ ਜਾ ਸਕੇ। 2020 ਦੇ ਬਜਟ ਅਨੁਸਾਰ ਕੋਵਿਡ 19 ਦੇ ਸੰਬੰਧ ਵਿੱਚ ਹੋਣ ਵਾਲੇ ਹਰ ਟੈਸਟ ਕਾਰਨ ਓਨਟਾਰੀਓ ਦੇ ਟੈਕਸਦਾਤਾਵਾਂ ਦੀ ਜੇਬ ਉੱਤੇ $48 ਦਾ ਬੋਝ ਪੈਂਦਾ ਹੈ। ਸਿਹਤ ਮੰਤਰੀ ਕ੍ਰਿਸਟੀਨ ਲੈਂਡ ਨੇ ਆਖਿਆ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਅਸੀਂ ਟੈਸਟਿੰਗ ਪ੍ਰਤੀ ਆਪਣੀ ਪਹੁੰਚ ਅਤੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਥੋੜ੍ਹੀ ਤਬਦੀਲੀ ਲਿਆ ਰਹੇ ਹਾਂ। ਉਹਨਾਂ ਆਖਿਆ ਕਿ ਹੁਣ ਕੌਮਾਂਤਰੀ ਟਰੈਵਲਸ ਜਨਤਕ ਤੌਰ ਉੱਤੇ ਹਾਸਲ ਫੰਡਾਂ ਨਾਲ ਕੋਵਿਡ 19 ਟੈਸਟ ਨਹੀਂ ਕਰਵਾ ਸਕਣਗੇ, ਪਰ ਜੇ ਕੋਈ ਨਾਗਰਿਕ ਇਹ ਟੈਸਟ ਕਰਵਾਉਣਾ ਚਾਹੁੰਦਾ ਹੈ ਅਸੀਂ ਯਕੀਨੀ ਬਣਾਵਾਂਗੇ ਟੈਸਟ ਮੁਫਤ ਹੋ ਸਕੇ। ਰੁੱਖ ਕਰਦੇ ਹਾਂ ਅਗਲੀ ਖਬਰ ਬਾਤ।